ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਵਿੱਚ ਦੋਸਤੋ ਸਾਡਾ ਮਕਸਦ ਇਹ ਰਹਿੰਦਾ ਹੈ ਕਿ ਤੁਹਾਨੂੰ ਹਰੇਕ ਸਕੀਮ ਬਾਰੇ ਜਾਗਰੂਕ ਕਰਾਇਆ ਜਾਵੇ ਠੀਕ ਹੈ ਉਸੇ ਲੜੀ ਵਿੱਚ ਅੱਜ ਦੀ ਵੀਡੀਓ ਹੈ ਜੀ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਜੀ ਮਹਿਲਾਵਾਂ ਦੀ ਰਸੋਈ ਖਰਚਾ ਜਿਹੜੀ ਸਕੀਮ ਹੈ ਉਹਦੇ ਬਾਰੇ ਜਿਹਦੇ ਵਿੱਚ 1-1000 ਰੁਪਏ ਮਿਲ ਰਿਹਾ ਹੈ ਸਭ ਨੂੰ ਠੀਕ ਹੈ ਜੀ ਤੇ ਬਣੇ ਰਹਿਣਾ ਵੀਡੀਓ ਦੇ ਵਿੱਚ ਵੀਡੀਓ ਸ਼ੁਰੂ ਕਰਾਂਗੇ ਉਸ ਤੋਂ ਪਹਿਲੇ ਨਿੱਕੀ ਜਿਹੀ ਗੁਜਾਰਿਸ਼ ਹੈਗੀ ਜਿਹੜੇ ਵੀਰਾਂ ਨੇ ਪੈਣਾ ਨੇ ਬੀਬੀਆਂ ਨੇ ਬਜ਼ੁਰਗਾਂ ਨੇ ਆਪਣਾ ਚੈਨਲ ਹਜ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਇਹ ਕਿ ਅੱਜ ਕੱਲ ਕੀ ਹੋ ਰਿਹਾ ਜੀ ਅੱਜ ਕੱਲ ਮਹਿਲਾਵਾਂ ਦੀ ਰਸੋਈ ਖਰਚੇ ਨੂੰ ਲੈ ਕੇ ਠੀਕ ਹੈ ਬਹੁਤ ਅਫਵਾਹ ਫੈਲ ਰਹੀ ਹੈ ਤੇ ਕਈ ਪਿੰਡਾਂ ਚ ਇਹ ਵੀ ਸੁਣਨ ਚ ਆਇਆ ਹੈ ਕਿ ਕਈ ਜਿਹੜੇ ਮੁੰਡੇ ਨੇ ਉਹ 4-5 ਦਾ ਗਰੁੱਪ ਬਣਾ ਕੇ ਪੰਚਾਇਤ ਘਰ ਵਿੱਚ ਬੈਹ ਜਾਂਦੇ ਆ ਜਾਂ ਫਿਰ ਕਿਤੇ ਸਾਰਜਨਿਕ ਸਥਾਨ ਹੁੰਦਾ ਜਿਹੜਾ ਠੀਕ ਹੈ ਉੱਥੇ ਬੈਹ ਜਾਂਦੇ ਆ ਤੇ ਉੱਥੇ ਲੋਕਾਂ ਨੂੰ ਕਹਿੰਦੇ ਆ ਜੀ ਅਸੀਂ ਰਸੋਈ ਖਰਚੇ ਦੇ ਫਾਰਮ ਭਰ ਰਹੇ ਆ ਜਿਹਦੇ ਇਹ ਵਿੱਚ ਉਹ ਜਿਹੜੀਆਂ ਆਪਣੀਆਂ ਮਹਿਲਾਵਾਂ ਨੇ ਬੀਬੀਆਂ ਨੇ ਜਿਹੜੀਆਂ ਨਹੀਂ ਜਾਣਦੀਆਂ ਕੁਝ ਸਕੀਮਾਂ ਬਾਰੇ ਉਹ ਉਹਨਾਂ ਨੂੰ 200 200 300 300 ਉਰੇ ਤੱਕ ਕੀ 500 ਰੁਪਏ ਤੱਕ ਵੀ ਪੇ ਕਰ ਰਹੀਆਂ ਨੇ ਨਾਲ ਆਪਣੇ ਡਾਕੂਮੈਂਟ ਦੇ ਰਹੀਆਂ ਨੇ ਤਾਂ ਕਿ ਮਹਿਲਾ ਰਸੋਈ ਖਰਚਾ ਲੱਗ ਜਾਵੇ ਤੇ ਦੋਸਤੋ ਮੈਂ ਉਰੇ ਤੁਹਾਨੂੰ ਇਹ ਸचेत ਕਰਨਾ ਚਾਹੂੰਗਾ ਕਿ ਇਹੋ ਜੀ ਹਜੇ ਕੋਈ ਵੀ ਸਕੀਮ ਨਹੀਂ ਆਈ ਹੈ ਠੀਕ ਹੈ ਮਹਿਲਾ ਰਸੋਈ ਖਰਚੇ ਦਾ ਨਾਮ ਹੋਵੇ ਜਿਸ ਦਾ ਇਹੋ ਜੀ ਕੋਈ ਸਕੀਮ ਨਹੀਂ ਆਈ ਹੈ ਸਕੀਮ ਆਈ ਹੈ ਤੇ ਦੋਸਤੋ ਇੱਕ ਆਈ ਹੈ ਜੀ ਕੇਜਰੀਵਾਲ ਦੀ ਜਿਹੜੀ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਮਿਲੇਗਾ ਉਹ ਮਹਿਲਾ ਰਸੋਈ ਖਰਚਾ ਦੇ ਨਾਂ ਦੇ ਨਹੀਂ ਹੈ ਦੋਸਤੋ ਠੀਕ ਹੈ ਤੇ ਹਜੇ ਉਹ ਵੀ ਸ਼ੁਰੂ ਨਹੀਂ ਹੋਈ ਹੈ ਠੀਕ ਹੈ ਉਹਦੀ ਵੀ ਹਜੇ ਕੋਈ ਤਰੀਕ ਨਹੀਂ ਆਈ ਹੈ ਕੋਈ ਅਨਾਉਂਸਮੈਂਟ ਨਹੀਂ ਆਈ ਹੈ ਵੀ ਕਦੋਂ ਲਾਗੂ ਹੋਏਗੀ ਠੀਕ ਹੈ ਪਰ ਇਹ ਫਾਰਮ ਭਰਨ ਵਾਲੀ ਦੇ ਬਹੁਤ ਹੀ ਗਲਤ ਗੱਲ ਹੈ ਤੇ ਉਰੇ ਮੈਂ ਇਹ ਦੱਸ ਦਿੰਦਾ ਇੱਕ ਅਗਰ ਇੱਕ ਬੀਬੀ ਇੱਕ ਔਰਤ ਇੱਕ ਮਹਿਲਾ ਇੱਕ ਫਾਰਮ ਕਿਸੇ ਤੋਂ ਪਰਵਾਹ ਲੈਂਦੀ ਹੈ ਤੇ ਦੂਸਰੇ ਦੇ ਘਰੇ ਜਾ ਕੇ ਉਹਦੀ ਮੰਨ ਲਓ ਆਪਣੇ ਪੜੋਸਰ ਨੂੰ ਜਾਂ ਫਿਰ ਰਿਸ਼ਤੇਦਾਰਾਂ ਜੇ ਜਿਹੜੇ ਵੀ ਉਹਦੇ ਨਾਲ ਦੇ ਨੇ ਉਹਨਾਂ ਨੂੰ ਜਾ ਕੇ ਕਹਿ ਕੀ ਕਹਿੰਦੇ ਆ ਜੀ ਮੈਂ ਫਾਰਮ ਭਰ ਲਿਆ ਤੁਸੀਂ ਵੀ ਭਰ ਆ ਲੋ ਠੀਕ ਹੈ ਜੀ ਅੱਗੇ ਤੋਂ ਅੱਗੇ ਥਿਸ ਗਾਈਡੈਂਸ ਹੋ ਰਹੀ ਹੈ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਇਹ ਹੀ ਗਾਈਡ ਕਰਨਾ ਚਾਹੂੰਗਾ ਕਿ ਇਹੋ ਜੀ ਕੋਈ ਸਕੀਮ ਹਜੇ ਨਹੀਂ ਆਈ ਹੈ ਤੁਸੀਂ ਜਿਹੜੇ ਵੀ ਇਹ ਅਫਵਾਹ ਫੁਲਾ ਰਹੇ ਨੇ ਇਹਨਾਂ ਦੇ ਫਾਰਮਾ ਫੁਰਮਾ 'ਚ ਨਾ ਤੁਸੀਂ ਪਾਓ ਉਹ ਤੁਹਾਡੇ ਪੈਸੇ ਠੱਗਣ ਆਏ ਨੇ ਠੀਕ ਹੈ ਤੇ ਉਹਨਾਂ ਨੇ ਫਾਰਮ ਤੁਹਾਡੇ ਲੈ ਕੇ ਐਵੇਂ ਸੈੱਟ ਦੇਣੀ ਹੈ ਕਿਤੇ ਕਿਉਂਕਿ ਹਜੇ ਤੱਕ ਕੋਈ ਸਕੀਮ ਹੀ ਨਹੀਂ ਆਈ ਤੇ ਉਹ ਅਪਲਾਈ ਕਿੱਥੋਂ ਕਰਨਗੇ ਠੀਕ ਹੈ ਦੋਸਤੋ ਜਦੋਂ ਵੀ ਕੋਈ ਸਕੀਮ ਆਏਗੀ ਠੀਕ ਹੈ ਜੀ ਮਹਿਲਾ ਰਸੋਈ ਦੇ ਖਰਚੇ ਨੂੰ ਲੈ ਕੇ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਇਨਫੋਰਮੇਸ਼ਨ ਦੇ ਦਾਂਗੇ ਅਗਰ ਉਹ ਆਨਲਾਈਨ ਹੋਈ ਤੇ ਤੁਹਾਨੂੰ ਕਰੇ ਹੀ ਬੈਠੇ ਕਿਵੇਂ ਅਪਲਾਈ ਕਰਨਾ ਹੈ ਇਹ ਵੀ ਦੱਸ ਦਵਾਂਗੇ ਤੇ ਦੋਸਤੋ ਉਮੀਦ ਹੈ ਕਿ ਤੁਸੀਂ ਸਮਝ ਗਏ ਹੋਗੇ ਕਿ ਮੈਂ ਉਰੇ ਕੀ ਕਹਿਣਾ ਚਾਹੁੰਦਾ ਤੁਸੀਂ ਜਾਗਰੂਕ ਥੋੜੇ ਜੇ ਆਪਣੇ ਬਾਰੇ ਆਪਣੇ ਡਾਕੂਮੈਂਟ ਬਾਰੇ ਕਿਉਂਕਿ ਅੱਜਕਲ ਡਾਕੂਮੈਂਟ ਵੀ ਨਹੀਂ ਦੇਣੇ ਚਾਹੀਦੇ ਕਿਸੇ ਨੂੰ ਠੀਕ ਹੈ ਪੈਸੇ ਤੇ ਚਲੋ ਦੇਤੇ ਦੇਤੇ ਡਾਕੂਮੈਂਟ ਵੀ ਨਹੀਂ ਦੇਣੇ ਚਾਹੀਦੇ ਤਾਂ ਕਿ ਉਹਨਾਂ ਦਾ ਗਲਤ ਉਪਯੋਗ ਨਾ ਹੋਵੇ ਤੇ ਦੋਸਤੋ ਇੰਨਾ ਕੀ ਵੀਡੀਓ ਚ ਦੱਸਣਾ ਸੀ ਉਮੀਦ ਹੈ ਕਿ ਤੁਸੀਂ ਥੋੜਾ ਜਾਗਰੂਕ ਹੋਏ ਹੋਵੋਗੇ ਤੇ ਆਪਣੇ ਲਾਗੇ ਜਿਹੜੀਆਂ ਪੈਣਾ ਬੀਬੀਆਂ ਨੇ ਉਹਨਾਂ ਨੂੰ ਵੀ ਥੋੜਾ ਸਮਝਾਇਆ ਕਿ ਇਹੋ ਜੀ ਕੋਈ ਸਕੀਮ ਲੈ ਕੇ ਆਵੇ ਤੇ ਉਹਨਾਂ ਦੇ ਚੱਕਰਾਂ 'ਚ ਨਾ ਪਿਓ ਤੇ ਦੋਸਤੋ ਐਸੇ ਸ਼ਬਦਾਂ ਨਾਲ ਵੀਡੀਓ ਸਮਾਪ